ਲੁਧਿਆਣਾ ਪੁਲਿਸ ਨੇ ਇੱਕ ਅਜਿਹੇ ਗਿਰੋਹ ਦੇ 3 ਮੈਂਬਰਾਂ ਨੂੰ ਕਾਬੂ ਕੀਤਾ ਹੈ ਜੋ ਡਕੈਤੀ, ਲੁੱਟਖੋ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ। ਪੁਲਿਸ ਨੇ ਇਹਨਾਂ ਦੋਸ਼ੀਆਂ ਨੂੰ ਗੁਪਤ ਸੂਚਨਾ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਦੋਸ਼ੀਆਂ ਤੋਂ ਕਰੀਬ 270 ਗ੍ਰਾਮ ਹੈਰੋਇਨ, ਇੱਕ ਤੇਜ਼ਧਾਰ ਹਥਿਆਰ, 315 ਬੋਰ ਦੇ 6 ਜ਼ਿੰਦਾ ਕਾਰਤੂਸ ਅਤੇ ਇੱਕ ਬਿਨਾਂ ਨੰਬਰ ਪਲੇਟ ਦਾ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ। ਦੋਸ਼ੀਆਂ ਦੀ ਪਹਿਚਾਣ ਅਵਤਾਰ ਸਿੰਘ ਜ਼ਿਲ੍ਹਾ ਗੁਰਦਾਸਪੁਰ, ਜਗਜੀਤ ਸਿੰਘ ਜ਼ਿਲ੍ਹਾ ਲੁਧਿਆਣਾ ਅਤੇ ਸਰਬਜੀਤ ਸਿੰਘ ਜ਼ਿਲ੍ਹਾ ਲੁਧਿਆਣਾ ਦੇ ਰੂਪ ਵਜੋਂ ਹੋਈ ਹੈ। ਇਸ ਗਿਰੋਹ ਦਾ ਮੁੱਖ ਮੈਂਬਰ ਅਵਤਾਰ ਸਿੰਘ ਹੈ, ਜਿਸ ਤੇ ਪਹਿਲੇ ਵੀ ਬੈਂਕ ਡਕੈਤੀ, ਕਤਲ ਅਤੇ ਕਈ ਹੋਰ ਮਾਮਲੇ ਦਰਜ ਹਨ। ਇਹਦੇ ਵਿੱਚ ਜਿਹੜੀ ਸਾਡੀ CIA ਸਟਾਫ ਦੀ ਟੀਮ ਆ, ਉਹਨਾਂ ਨੇ ACP ਕ੍ਰਾਈਮ ਔਰ DCP ਜਿਹੜੇ ਕ੍ਰਾਈਮ ਨੇ ਉਹਨਾਂ ਦੀ ਸੁਪਰਵਿਜ਼ਨ 'ਚ ਇੱਕ ਬੰਦਾ ਜਿਹੜਾ ਉਹਦੇ ਕੋਲੋਂ 270 ਗ੍ਰਾਮ ਹੈਰੋਇਨ ਪਕੜੀ ਆ। ਅਵਤਾਰ ਸਿੰਘ ਮਨੂ ਚੀਮਾ ਨਾਮ ਦਾ ਬੰਦਾ ਵਾ, ਪਿੱਛੋਂ ਇਹ ਗੁਰਦਾਸਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਵਾ, ਕਾਨੂੰਗੰਜ ਪੁਲਿਸ ਸਟੇਸ਼ਨ ਦਾ। ਔਰ ਜਿਹੜੀ ਜਦੋਂ ਅਸੀਂ ਇਹਨੂੰ ਫੜਿਆ, ਉਸ ਤੋਂ ਬਾਅਦ ਜਦੋਂ ਇਹਦੀ ਪੁੱਛਗਿੱਛ ਕੀਤੀ ਤਾਂ ਇਹ ਆਲਰੇਡੀ 3 ਕੇਸਾਂ ਦੇ ਵਿੱਚ PO, ਜੋ ਅਜੇ ਤੱਕ ਰਿਕਾਰਡ ਦੇ ਮੁਤਾਬਕ ਮਿਲ ਗਿਆ ਵਾ ਕਿ ਇੱਕ 51 ਨੰਬਰ FIR ਹਰਗੋਬਿੰਦਪੁਰ ਥਾਣੇ ਦੀ, ਉਹ 'ਚ ਇਹਨੇ ਇੱਕ ਲੜਕੀ ਦਾ ਕਤਲ ਕੀਤਾ ਸੀਗਾ। ਉਸ ਤੋਂ ਬਾਅਦ ਪਠਾਨਕੋਟ ਦੇ ਵਿੱਚ ਇਹਨਾਂ ਨੇ ਅਤੇ ਇਹਨਾਂ ਦੇ ਸਾਥੀਆਂ ਨੇ ਮਿਲ ਕੇ ਇੱਕ ਬੈਂਕ ਡਕੈਤੀ ਕੀਤੀ ਸੀ ਜੂਨ 2018 ਦੇ ਵਿੱਚ, ਔਰ ਇੱਕ ਇਹਨਾਂ ਨੇ ਪੈਟਰੋਲ ਪੰਪ ਲੁੱਟਿਆ ਸੀ। ਇਹ 3 ਕੇਸਿਸ ਦੇ ਵਿੱਚ PO ਸੀਗਾ। ਔਰ ਹੁਣ ਜਿਹੜੇ ਇਹਦੇ 2 ਹੋਰ ਸਾਥੀ ਆ, ਇਹਨਾਂ ਨੇ ਸਾਹਨੇਵਾਲ ਦੇ ਵਿੱਚ ਵੀ ਇੱਕ ਵਾਰਦਾਤ ਕੀਤੀ ਸੀਗੀ, ਜਿਹਦੇ ਵਿੱਚ ਇੱਕ ਹੋਰ ਇਹਦੇ ਨਾਲ ਜਗਜੀਤ ਸਿੰਘ ਔਰ ਇੱਕ ਸਰਬਜੀਤ ਸਿੰਘ, ਦੋਨੇ ਸ਼ਿਮਲਾਪੁਰੀ ਦੇ ਰਹਿਣ ਵਾਲੇ ਆ। ਔਰ ਇਹਨਾਂ ਨੇ ਹੁਣ ਅੱਗੇ ਇੱਥੇ ਪੰਜਾਬ ਨੈਸ਼ਨਲ ਬੈਂਕ ਆ ਸਮਰਾਲਾ ਚੌਂਕ ਦੇ ਵਿੱਚ, ਉਹਨੂੰ ਲੁੱਟਣ ਦੀ ਯੋਜਨਾ ਵੀ ਤਿਆਰ ਕੀਤੀ ਸੀਗੀ। ਇਹਨਾਂ ਦੇ ਕੋਲੋਂ ਸਾਨੂੰ 5 ਜ਼ਿੰਦਾ ਕਾਰਤੂਸ ਮਿਲੇ ਆ, 1 ਦਾਤਰ ਮਿਲਿਆ ਵਾ, ਔਰ ਜਿਹੜਾ ਹੈਰੋਇਨ ਮਿਲੀ ਇਹਨਾਂ ਦੇ ਕੋਲੋਂ। ਬਾਕੀ ਇਹਨਾਂ ਦਾ ਅੱਜ ਪੁਲਿਸ ਰਿਮਾਂਡ ਲਵਾਂਗੇ ਕੋਰਟ ਦੇ ਵਿੱਚ ਪੇਸ਼ ਕਰਕੇ। ਔਰ ਮੈਨੂੰ ਲੱਗਦਾ ਹੈ ਕਿ ਕਾਫੀ ਮੇਰੀ, ਕਿਉਂਕਿ ਉੱਥੇ ਆਫੀਸਰਸ ਨਾਲ ਜਿਹੜੀ ਗੱਲ ਹੋਈ ਆ ਉਹਨਾਂ ਜ਼ਿਲ੍ਹਿਆਂ ਦੇ ਵਿੱਚ, ਉੱਥੇ ਹਾਰਡਕੋਰ ਇਹ ਕ੍ਰਿਮੀਨਲ ਸੀਗਾ ਜਿਹੜਾ ਕਿ ਬੜੀ ਬੁਰੀ ਤਰ੍ਹਾਂ ਵਾਂਟਡ ਸੀਗਾ ਪੁਲਿਸ। ਲੁਧਿਆਣਾ ਤੋਂ ਵਿਕਾਸ ਭਾਂਬਰੀ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ, ਦਾ TV, NRI।